ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੀ ਇਹੀ ਕਹਿੰਦੀ ਹੈ, ਖੋਜਤ ਖੋਜਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸ਼ਾਸਤਰਾਂ ਦੇ ਅੰਦਰ 1 ਲੱਖ ਸਲੋਕ ਹੈ, 4 ਵੇਦ ਹਨ, ਸਾਮ ਵੇਦ, ਦੁਜਰ ਵੇਦ, ਥਰਵਣ ਵੇਦ, ਰਿਗਵੇਦ। ਕਈਆਂ ਨੇ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਪਾਤਸ਼ਾਹ। ਬੋਲੋ ਧੰਨ ਗੁਰੂ ਨਾਨਕ ਪਾਤਸ਼ਾਹ। ਵੀ ਤੁਸੀਂ ਜੋ ਤੁਹਾਡਾ ਮਤ ਹੈ, ਯੋਗੀਆਂ ਦੇ ਨਾਲ, ਸਿੱਧਾਂ ਦੇ ਨਾਲ, ਵੱਡੇ ਵੱਡੇ ਵਿਦਵਾਨਾਂ ਦੇ ਨਾਲ ਵਿਚਾਰਾਂ ਹੋਈਆਂ, ਗੋਸ਼ਟਾਂ ਹੋਈਆਂ, ਕਿ ਤੁਹਾਡਾ ਮਤ ਕੀ ਵੇਦਾਂ ਦਾ ਵਿਰੋਧੀ ਹੈ, ਦੂਸਰੇ ਧਰਮਾਂ ਦਾ ਵਿਰੋਧੀ ਹੈ? ਨਹੀਂ, ਗੁਰੂ ਨਾਨਕ ਦਾ ਅਦਵੈਤ ਮਤ ਹੈ, ਮਤ ਹੈ। ਬੋਲੋ ਸਤਨਾਮ, ਅਦਵੈਤ ਹੈ। ਇੱਥੇ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਕਿਸੇ ਦੇ ਨਾਲ ਗੁਰੂ ਨਾਨਕ ਦੇ ਘਰ ਦਾ ਕੋਈ ਵੈਰ ਵਿਰੋਧ ਨਹੀਂ ਹੈ। ਕੱਲ੍ਹ ਸੁਣਿਆ ਸੀ, ਸਮਿਆਂ ਦੀਆਂ ਸਰਕਾਰਾਂ ਚੜ੍ਹ ਚੜ੍ਹ ਕੇ ਗੁਰੂ ਘਰ 'ਤੇ ਆਈਆਂ। ਬੋਲੋ ਸਤਨਾਮ। ਪਰੰਤੂ ਦਸ਼ਮੇਸ਼ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਸਤਰਧਾਰੀ ਹੁੰਦੇ ਹੋਏ ਵੀ ਉਹ ਖੁਦ ਕਿਸੇ 'ਤੇ ਚੜ੍ਹ ਕੇ ਨਹੀਂ ਗਏ। ਬੋਲੋ ਸਤਨਾਮ। ਜਦੋਂ ਬਹਾਦਰ ਸ਼ਾਹ ਮੁੱਕਰ ਗਿਆ ਕਿ ਇਹ ਬੰਦੇ ਜਿਨ੍ਹਾਂ ਨੇ ਜ਼ੁਲਮ ਕੀਤੇ ਨੇ, ਇਹ ਮੈਂ ਟਾਲੇ ਮਟੋਲੇ ਕਰਨ ਲੱਗਿਆ ਵੇ, ਨਾ ਹਾਂ ਨਾ ਨਾ ਜਵਾਬ ਵੀ ਨਹੀਂ ਦਿੰਦਾ ਸਿੱਧਾ। ਅਤੇ ਉਦੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਵਚਨ ਕੀਤਾ ਸੀ ਵੀ ਇਹ ਸਾਡਾ ਇੱਕੋ ਹੀ ਬੰਦਾ, ਇੱਕੋ ਹੀ ਬੰਦੇ ਨੂੰ ਭੇਜਾਂਗੇ ਫੌਜ ਲੈ ਕੇ, ਉਹ ਇਹ ਸਾਰੇ ਕੰਮ ਕਰੂਗਾ। ਬੋਲੋ ਸਤਨਾਮ। ਇਹਨਾਂ ਸਾਰੇ ਦੁਸ਼ਟ ਲੋਕਾਂ ਨੂੰ ਸਜ਼ਾ ਦਊਗਾ। ਹੁਣ ਕੀ ਕਹਿ, ਗੁਰੂ ਨਾਨਕ ਦਾ ਘਰ, ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ। ਫਿਰ ਦਸ਼ਮੇਸ਼ ਪਿਤਾ ਦੀ ਬਾਣੀ, ਦੁਸ਼ਟ ਦੋਖੀਆਂ ਪਕੜ ਪਛਾਰੋ, ਵੀ ਫਿਰ ਇਹਦੇ ਵਿੱਚ ਸਰਬੱਤ ਦਾ ਭਲਾ, ਉਹ ਭਾਈ ਹੈ ਹੀ ਇਹਦੇ ਵਿੱਚ ਸਰਬੱਤ ਦਾ ਭਲਾ। ਬੋਲੋ ਸਤਨਾਮ। ਜਿਹੜੇ ਸੰਸਾਰ ਨੂੰ, ਸਮਾਜ ਨੂੰ ਦੁੱਖ ਦਿੰਦੇ ਹਨ ਅਨਸਰ, ਜਿਹੜੇ ਸਮਾਜ ਦੀ, ਜਿਹੜੇ ਸ਼ਾਂਤੀ ਭੰਗ ਕਰਦੇ ਹਨ ਦੁਨੀਆ ਦੀ, ਸੰਤਾਂ ਭਗਤਾਂ ਨੂੰ ਦੁੱਖ ਦਿੰਦੇ ਹਨ। ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੀ ਤਾਂ ਕਹਿੰਦੀ ਹੈ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇਹ ਸਾਰੇ ਯੁੱਗਾਂ ਦੇ ਵਿੱਚ ਐਸਾ ਸੰਤਾਂ ਭਗਤਾਂ ਵਾਸਤੇ ਪਰਮਾਤਮਾ ਕੀ ਨਹੀਂ ਕਰਦਾ। ਬੋਲੋ ਸਤਨਾਮ।